ਸੋ ਦੋਸਤੋ, ਮੇਰਾ ਜਨਮ ਹੋਇਆ ਡਿਸਟ੍ਰਿਕਟ ਕਪੂਰਥਲਾ ਦੇ ਇੱਕ ਛੋਟੇ ਜਿਹੇ ਪਿੰਡ ਕੋਟ ਕਰਾਰਖਾਂ ਵਿੱਚ, ਔਰ ਮੇਰੇ ਪਿਤਾ ਜੀ ਸਵਰਗੀ ਮਾਸਟਰ ਅਮਰਨਾਥ ਜੀ, ਔਰ ਮੇਰੇ ਦਾਦਾ ਜੀ ਜਿਨ੍ਹਾਂ ਨੂੰ ਸਾਰੀ ਦੁਨੀਆ ਬੜੇ ਛੋਟੇ ਜਿਹੇ ਨਾਂ ਦੇ ਨਾਲ ਨੂਰੂ ਕਹਿ ਕੇ ਬੁਲਾਉਂਦੀ ਸੀ, ਔਰ ਆਪਣੇ ਵੇਲੇ ਦੇ ਉਹ ਬਹੁਤ ਚੰਗੇ ਗਵੱਈਏ ਰਹੇ, ਲੇਕਿਨ ਮੀਡੀਆ ਨਾ ਹੋਣ ਕਰਕੇ ਉਹਨਾਂ ਦਾ ਜਿਹੜਾ ਰਾਬਤਾ ਸੀ ਉਹ ਲੋਕਾਂ ਦੇ ਨਾਲ ਜ਼ਿਆਦਾ ਨਹੀਂ ਹੋ ਪਾਇਆ। ਔਰ ਮੇਰੇ ਬਾਪੂ ਜੀ ਹਮੇਸ਼ਾ ਜਦੋਂ ਮੈਂ ਉਹਨਾਂ ਦੇ ਨਾਲ ਸਾਈਕਲ 'ਤੇ ਬੈਠ ਕੇ ਜਾਇਆ ਕਰਦਾ ਸੀ, ਅਤੇ ਉਹ ਪਹਾੜੀ ਬੜਾ ਫੇਵਰੇਟ ਰਾਗ ਸੀ ਉਹਨਾਂ ਦਾ, ਔਰ ਹਮੇਸ਼ਾ ਉਹ ਗੁਣਗੁਣਾਉਂਦੇ ਰਹਿੰਦੇ ਹੁੰਦੇ ਸੀਗੇ। ਅਤੇ ਇਹ ਕਹਿ ਸਕਦੇ ਹਾਂ ਕਿ ਜਿਹੜੀ ਮੇਰੀ ਗਾਣੇ ਵਜਾਉਣੇ ਦੀ ਸ਼ੁਰੂਆਤ ਹੋਈ ਉਹ ਮੈਨੂੰ ਮੇਰੇ ਘਰ ਤੋਂ, ਕਿਉਂਕਿ ਮੈਂ ਜਦੋਂ ਪਹਿਲਾ ਸਾਹ ਲਿਆ ਦੁਨੀਆ 'ਚ ਆ ਕੇ ਅਤੇ ਮਿਊਜ਼ਿਕ ਦੀਆਂ ਫਜ਼ਾਵਾਂ ਦੇ ਵਿੱਚ ਲਿਆ, ਕਿਉਂਕਿ ਮੇਰੇ ਤੋਂ ਮੇਰੇ ਸਾਰੇ ਵੱਡੇ ਭਾਈ ਮਿਊਜ਼ਿਕ ਨਾਲ ਜੁੜੇ ਸੀ, ਉਹਨਾਂ ਦਾ ਆਪਣਾ ਜਿਹੜਾ ਕਿੱਤਾ ਸੀ, ਜਿਹੜਾ ਉਹਨਾਂ ਦਾ ਕਾਰੋਬਾਰ ਸੀ ਉਹ ਇੱਕ ਬੈਂਡ ਦਾ ਕਾਰੋਬਾਰ ਸੀ। ਜਿਵੇਂ ਤੁਸੀਂ ਵੇਖਦੇ ਹੋ ਵਿਆਹਾਂ ਸ਼ਾਦੀਆਂ 'ਚ ਆਪਣੇ ਪੰਜਾਬ ਦੇ ਅੰਦਰ ਬੈਂਡ ਵਜਾਇਆ ਜਾਂਦਾ ਜਦੋਂ ਕੋਈ ਸ਼ਾਦੀ ਹੁੰਦੀ ਹੈ ਜਾਂ ਕੋਈ ਵੀ ਖੁਸ਼ੀ ਦਾ ਟਾਈਮ ਹੁੰਦਾ। ਸੋ ਓਬਵੀਅਸਲੀ ਜਿਹੜੇ ਲੋਕ ਵਾਜੇ ਵਾਲੇ ਬੈਂਡ ਵਾਲੇ ਜਿਹਨਾਂ ਨੂੰ ਕਿਹਾ ਜਾਂਦਾ ਉਹ ਸੁਰੀਲੇ ਹੁੰਦੇ ਨੇ, ਕਿਉਂਕਿ ਸੰਗੀਤ ਉਹਨਾਂ ਦੇ ਰੋਮ ਰੋਮ 'ਚ ਹੁੰਦਾ। ਸੋ ਮੈਨੂੰ ਘਰੋਂ ਇਹ ਗੁੜਤੀ ਮਿਲੀ ਗਾਣੇ ਵਜਾਉਣੇ ਦੀ, ਔਰ ਮੇਰੇ ਤੋਂ ਬੜੇ ਭਾਈ ਸਵਰਗੀ ਮਾਸਟਰ ਹਰਬੰਸ ਲਾਲ ਜੀ, ਜਿਨ੍ਹਾਂ ਨੂੰ ਅਸੀਂ ਬਾਬਾ ਭਾਅ ਜੀ ਕਹਿ ਕੇ ਸਾਰੇ ਜਾਣਦੇ ਸੀ ਔਰ ਜਾਣਦੇ ਰਹਿਣਗੇ, ਉਹਨਾਂ ਨੇ ਉਹ ਬੜੇ ਅੱਛੇ ਤਬਲਾ ਨਿਵਾਸ ਸੀ, ਔਰ ਉਹ ਇੱਕ ਬੜੀ ਫੇਮਸ ਕਵਾਲ ਪਾਰਟੀ ਹੋਇਆ ਕਰਦੀ ਸੀ ਉਸ ਟਾਈਮ ਬਾਪੂ ਬਖਸ਼ੀ ਰਾਮ ਜੀ ਦੀ, ਔਰ ਉਹ ਉਹਨਾਂ ਦੀ ਪਾਰਟੀ ਦੇ ਬੜੇ ਕਮਾਲ ਦੇ ਤਬਲਾ ਨਿਵਾਸ ਸੀਗੇ, ਔਰ ਮੈਂ ਮੇਰੀ ਏਜ਼ ਹੋਏਗੀ ਕੋਈ ਉਸ ਟਾਈਮ 6-7 ਸਾਲ ਦੀ, ਔਰ ਉਹ ਮੈਨੂੰ ਆਪਣੇ ਨਾਲ ਕਈ ਵਾਰੀ ਲੈ ਜਾਂਦੇ ਹੁੰਦੇ ਸੀਗੇ। ਅਤੇ ਜਦੋਂ ਬਾਪੂ ਜੀ ਨੇ ਮੈਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ ਹਰਬੰਸ ਇਹ ਮੁੰਡਾ ਮੈਨੂੰ ਦੇ ਦੇ ਬੱਚਾ, ਮੈਨੂੰ ਲੱਗਦਾ ਹੈ ਕਿ ਇਹ ਕੁਛ ਬਣ ਸਕਦਾ। ਫਿਰ ਉਹਨਾਂ ਨੇ ਮੇਰੀ ਜਿਹੜੀ ਸ਼ੁਰੂਆਤ ਸੀ ਹਾਰਮੋਨੀਅਮ 'ਤੇ ਪਹਿਲੀ ਵਾਰੀ ਜਿਹੜਾ ਮੇਰਾ ਹੱਥ ਰਖਵਾਇਆ ਉਹ ਬਾਪੂ ਬਖਸ਼ੀ ਰਾਮ ਜੀ ਨੇ ਰਖਵਾਇਆ, ਔਰ ਉਹਨਾਂ ਤੋਂ ਬਾਅਦ ਜਦੋਂ ਮੇਰੀ ਨਾਲ ਨਾਲ ਪੜ੍ਹਾਈ ਦਾ ਸਿਲਸਿਲਾ ਚੱਲਿਆ ਅਤੇ ਮੇਰੇ ਲਈ ਸੋਨੇ 'ਤੇ ਸੁਹਾਗਾ। ਇੱਕ ਹੋਰ ਗੱਲ ਵੀ ਹੋਈ ਕਿ ਜਿਹੜੇ ਮੇਰੇ ਟੀਚਰ ਸੀਗੇ ਮਾਸਟਰ ਗੁਰਦਾਸ ਕਮਲ ਜੀ, ਉਹ ਬਜ਼ਾਤੇ ਖੁਦ ਬੜੇ ਅੱਛੇ ਫਨਕਾਰ ਸੀ ਆਪਣੇ ਵੇਲੇ ਦੇ, ਔਰ ਜਦੋਂ ਉਹਨਾਂ ਨੇ ਮੈਨੂੰ ਸੁਣਿਆ ਤਾਂ ਮੈਂ ਪਹਿਲਾਂ ਸ਼ੁਰੂ 'ਚ ਬੜਾ ਸੰਗਾਊ ਸੁਭਾਅ ਦਾ ਹੁੰਦਾ ਸੀ, ਔਰ ਮੈਂ ਗਾਉਂਦਾ ਨਹੀਂ ਸੀ ਹੁੰਦਾ, ਮੈਂ ਚੋਰੀ ਗਾਉਂਦਾ ਹੁੰਦਾ ਸੀ, ਲੁੱਕ ਕੇ ਗਾਉਣਾ। ਪਰ ਜਦੋਂ ਉਹਨਾਂ ਨੇ ਇੱਕ ਫੰਕਸ਼ਨ ਚੱਲ ਰਿਹਾ ਸੀ ਸਕੂਲ ਦਾ ਔਰ ਉਹਨਾਂ ਨੇ ਮੇਰਾ ਨਾਂ ਅਨਾਊਂਸ ਕਰ ਦਿੱਤਾ ਅਤੇ ਮੈਨੂੰ ਉੱਥੇ ਗਾਉਣਾ ਪਿਆ, ਜਦੋਂ ਮੈਂ ਉੱਥੇ ਗਾਇਆ ਤਾਂ ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸਦੀਕ ਸਾਹਿਬ ਨੂੰ ਤੁਸੀਂ ਕਿਉਂ ਸੁਣਾਈ ਜੀ ਆਪਾਂ ਨਹੀਂ ਜਾਣੀ ਮੂਵੀ ਬੜੀ ਸੋਹਣੀ ਪਾਈ ਜੀ ਸ਼ਿੰਦਾ ਸਾਹਿਬ ਜਿੱਦਾਂ ਸ਼ਿੰਦੇ ਆਦਤ ਹੈ ਭੱਜ ਕੇ ਅਤੇ ਉਹ ਮੈਂ ਗੁੰਗਾ ਸਾਂ ਕੁਝ ਕਹਿਣ ਜੋਗਾ ਹੋ ਗਿਆ ਰਹਿਮਤ ਤੇਰੀ ਦਾ ਸਦਕਾ ਐ ਮੇਰੇ ਸਤਿਗੁਰੂ ਬੰਦਿਆਂ 'ਚ ਬਹਿਣ ਜੋਗਾ ਹੋਇਆ ਕਿ ਅਦਾ ਬਣਾ ਦਿਆ ਦਰਦ ਕੋ ਇਤਨਾ ਮਸਲਾ ਕਿ ਦਵਾ ਬਣਾ ਦਿਆ ਯੂੰ ਤੋ ਪੜੇ ਹੈ ਜ਼ਮਾਨੇ ਮੇਂ ਔਰ ਵੀ ਪੱਥਰ ਯੂੰ ਤੋ ਪੜੇ ਹੈ ਜ਼ਮਾਨੇ ਮੇਂ ਔਰ ਵੀ ਪੱਥਰ ਮੁਰਸ਼ਦ ਨੇ ਜਿਸੇ ਤਰਾਸ਼ਾ ਖੁਦਾ ਬਣਾ ਦਿਆ। ਕਦਮ ਦੀ ਹੈ ਤੋ ਸਫਰ ਤੋਫੀਕੇ ਅਬ ਮੈਂ ਬੋਲੂ ਤੋ ਬਾਕੀ ਬੱਚੋਂ ਕੋ ਪਿਆਰ ਡਾਲ ਦਾ ਖਾ ਜੀ ਹੁੰਦਾ ਵੀ ਹੈ ਜੀ ਕਿਆ ਕਹਿੰਦੇ ਹਾਂ ਜੀ ਉਸ ਨਾਮ ਕੋ ਪਿਆਰ ਡਾਲ ਖਾ ਤੋ ਦੱਸਿਆ ਤੂੰ ਦੇ ਤੋ ਬੋਲਦਾ ਝਗੜਾ ਪਤਾ ਲੱਗਿਆ ਮੁਹੱਬਤ ਮੇ ਬਹੁਤ ਕੋ ਖੁਦਾ ਕਹਿ ਲਿਆ ਔਰ ਖੁਦਾ ਜਾਣੇ ਖੁਦਾ ਕੋ ਕਿਆ ਕਹਿ ਲਿਆ ਜੋ ਹੋ ਗਿਆ ਕੰਮ ਉਹ ਮੈਂ ਨਹੀਂ ਕੀਤਾ ਹਿਊਮਨ ਨੇਚਰ ਹੈ ਜਿਹੜਾ ਚੰਗਾ ਕੰਮ ਹੋ ਜਾਂਦਾ ਬੰਦਾ ਕਹਿੰਦਾ ਮੈਂ ਕੀਤਾ ਮੁਹੱਬਤ ਮੇ ਬੁੱਤ ਕੋ ਖੁਦਾ ਕਹਿ ਦਿਆ ਔਰ ਖੁਦਾ ਜਾਣੇ ਖੁਦਾ ਕੋ ਕਿਆ ਕਹਿ ਦਿਆ ਜੋ ਹੋ ਗਿਆ ਕੰਮ ਵੋ ਮੈਂ ਨੇ ਕੀਆ ਜੋ ਨਾ ਹੋ ਸਕਾ ਤੇਰੀ ਰਜ਼ਾ ਕੇ ਪਾਣੀ ਚ ਬਹਿ ਕੇ ਲਿਖਿਆ ਆਪਣੇ ਇਹ ਚ ਖੜਕਣਾ ਉਹ ਗਾਣਾ ਗਾਓ ਜਦੋਂ ਤੱਕ ਹੈ ਅੱਖੀਆਂ
ਆ ਬਰਫ਼ 'ਚ ਖੜ ਕੇ ਨਾ ਗਾਣਾ ਗਾਓ ਜਦੋਂ ਤੱਕ ਹੈ ਅੱਖੀਆਂ 'ਚ ਪਾਣੀ ਹੈ ਸੱਜਣਾ ਮੈਂ ਖੜਾ ਖੜਾ ਬਰਫ਼ 'ਚ ਬਹਾਉਂਦਾ ਰਵਾਂਗਾ ਓਕੇ ਗੋ ਹੈ ਦਿਲ ਦੀਆਂ ਗੱਲਾਂ ਮੈਨ ਕਮ ਔਨ ਆਲਰਾਈਟ ਤੁਸੀਂ ਯੇ ਵਾਟਸ ਅਪ ਗਾਇਸ ਦਿਸ ਇਜ਼ ਸਾਰੰਗ ਸਿਕੰਦਰ ਵਿਦ ਅ ਲਵ ਸਿਕੰਦਰ ਮਾਈ ਗਿਟਾਰਿਸਟ ਆਫ ਬੈਂਡ ਮਾਈਂਡ ਫ੍ਰੀਜ਼ ਤੇ ਵਰ ਤੇ ਕਿਹੜਾ ਜਗ੍ਹਾ ਸਭ ਰਿਕਮੈਂਡ ਫੋਟੋ ਆਪਣੇ ਸੈਕੰਡਰੀ ਫੋਟੋਆਂ ਤੇ ਹੋ ਰਹੀਆਂ ਪਿੱਛੇ ਤੇ ਫੋਟੋ ਸਟੂਡੀਓ ਬਣਾਇਆ ਓਪਨ ਫੋਟੋ ਸਟੂਡੀਓ ਤੇ ਪੰਮਾ ਚਾਚਾ ਜੀ ਤੇ ਉਸਤਾਦ ਦੇ ਉਸਤਾਦ ਹਾਂ ਲੋ ਉਹਨਾਂ ਨੂੰ ਤਲੀਆਂ ਤੇ ਚੱਕੋ ਰੱਜ ਕੇ ਕੁੱਟੋ ਪਾਪਾ ਮੈਨੂੰ ਬੁਲਾ ਰਹੇ ਨੇ ਜੀ ਮੈਨੂੰ ਜਾਣਾ ਪੈਣਾ ਪਾਪਾ ਥੈਂਕ ਯੂ ਚਲੋ ਮੈਂ ਤੇ ਚਾਚਾ ਜੀ ਤੁਹਾਡੇ ਨਾਲ ਗੱਲਾਂ ਕਰਦੇ ਨੇ ਇਹ ਲਾਭ ਸਿਕੰਦਰ ਹੈ ਹਾਂਜੀ ਇਹ ਪੰਮਾ ਹੰਸ ਜੀ ਨੇ ਪਰਮੇਸ਼ਰ ਆਪਨ ਜੀ ਸਿਕੰਦਰ ਹੈ ਤੇ ਉਹ ਬੈਠਾ ਆਪਣੇ ਇੱਕ ਮਾਂਜੀ ਬਣੀ ਫਿਰਦਾ ਇਹਨੇ ਚੱਕ ਕੇ ਯੂਟਿਊਬ ਤੇ ਪਾਣੀ ਹੈ ਸਤਿ ਸ੍ਰੀ ਅਕਾਲ ਬਣਦੇ ਪ੍ਰਸ਼ਾਦ ਉਹ ਤਾਂ ਪਹਿਲਾਂ ਕੀ ਕਹਿੰਦੇ ਹੁੰਦੇ ਨੇ ਤੇ ਤਾਂ ਸ਼ੁਰੂ ਕਰ ਚੱਲ ਗੱਡੀ ਕੋਲ ਲਾਤੀਆਂ ਹੁਣ ਤਾਂ ਵੀ ਮਿਸ ਕਰ ਲਿਆ ਲੱਗਦਾ ਰਾਤਾਂ ਤੇ ਜ਼ਿਆਦਾ ਮਿਲ ਗਈਆਂ ਜਿਹੜੀਆਂ ਨਹੀਂ ਜਿਹੜੀਆਂ ਭੂਤ ਬੰਗਲੇ 'ਚ ਬਤਾਈਆਂ ਉਹ ਨਹੀਂ ਭੁੱਲਾਈਆਂ ਸੋਨੇ ਮੇਰੇ ਵਾਲੇ ਫੋਨ 'ਚ ਵੀ ਕਰ ਲਿਆ ਯਾਰ ਕੈਪਚਰ ਹੈ ਲੋ ਕਿੱਦਾਂ ਐਂ ਲੱਗਦਾ ਆਟਾ ਡੋਲਿਆ ਗਏ ਨੇ ਕਿਤੇ ਐਂ ਦੱਸ ਮਨੇ ਦੀ ਸਾਹ ਲੱਗੇ ਤੇ ਕਿਤਰਾ ਪਈ ਤੁਹਾਨੂੰ ਦਾ ਵਾਹ ਆ ਪਲੇਟ ਡਿੱਗਦੀ ਜਿੱਥੇ ਮਰਜੀ ਹੈ ਜਿੱਥੇ ਮਰਜੀ ਡਿੱਗ ਪੈਂਦੀ ਉਹ ਸੋਨੇ ਹੁਣ ਜਾਣਾ ਤੂੰ ਨਾਲ ਕਿੱਥੇ ਉਹ ਤੁਸੀਂ ਦੇਣਾ ਉਹਨਾਂ ਨੂੰ ਇਫੇ ਕੱਢਦੇ ਬਾਹਰ ਉਹ ਜਗ੍ਹਾ ਬਾਜੂ ਆਪਣੀ ਮੈਂ ਕਰ ਇਹ ਸਾਡੇ ਪੰਜਾਬੀ ਦਾ ਇੱਕ ਐਸਾ ਹਰਮਨ ਪਿਆਰਾ ਇੰਸਟਰੂਮੈਂਟ ਹੈ ਜਿਹੜਾ ਮੈਂ ਬੜੀ ਕੋਸ਼ਿਸ਼ ਕੀਤੀ ਸ਼ੁਰੂਆਤੀ ਦਿਨਾਂ 'ਚ ਉਹ ਮੈਨੂੰ ਵਜਾਉਣਾ ਨਹੀਂ ਆਇਆ ਪਰ ਮੈਂ ਅੱਜ ਉਹ ਵਜਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਉਹ ਵਜਾ ਕੇ ਅਤੇ ਨਾਲੇ ਮੈਂ ਇੱਕ ਮੈਨੂੰ ਬੜਾ ਅਜ਼ੀਜ਼ ਹੈ ਉਹ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਅਤੇ ਕੋਠਿਆਂ 'ਤੇ ਲਾਊਡ ਸਪੀਕਰ ਲੱਗੇ ਹੁੰਦੇ ਸੀਗੇ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਜਾਂ ਕੋਈ ਖੁਸ਼ੀ ਦਾ ਟਾਈਮ ਹੁੰਦਾ ਸੀ ਅਤੇ ਉਹ ਸਭ ਤੋਂ ਪਹਿਲਾਂ ਇੱਕ ਗਾਣਾ ਚੱਲਦਾ ਹੁੰਦਾ ਸੀ ਯਮਲਾ ਸਾਹਿਬ ਦਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਅਤੇ ਉਸੇ ਲੜੀ 'ਚੋਂ ਉਹਨਾਂ ਦੇ ਬੜੇ ਗਾਣੇ ਅਸੀਂ ਸੁਣੇ ਨੇ ਬਚਪਨ ਤੋਂ ਲੈ ਕੇ ਸੋ ਮੇਰਾ ਦਿਲ ਕਰਦਾ ਕਿ ਮੈਂ ਉਹ ਥੋੜ੍ਹਾ ਜਿਹਾ ਹਾਲਾਂਕਿ ਮੈਂ ਤਾਂ ਨਹੀਂ ਗਾ ਸਕਦਾ ਉਹਨਾਂ ਨੂੰ ਉਹਨਾਂ ਵਰਗੀ ਤੂੰ ਵੀ ਇਹ ਐਸਾ ਸਾਜ ਹੈ ਨਾ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਤਾਈ ਸੁਣਾ ਇਜਾਜ਼ਤ ਹੈ ਜੀ ਮੈਂ ਤੇਰੇ ਤੂੰ ਛੱਡ ਨਾ ਜਾਵੀਂ ਵੇ ਜੋ ਲੜਪੁਣੇ ਵਿੱਚ ਨਹੀਂ ਤੋੜਨ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਰੇ ਜੋ ਲੜਪੁਣੇ ਵਿੱਚ ਨਹੀਂ ਤੋੜਨ ਮੈਂ ਤੇਰੀ ਤੂੰ ਮੈਂ ਤੇਰੀ ਤੂੰ ਮੇਰਾ ਕਿਆ ਚੰਗਾ ਪੁੱਤ ਹੈ ਆਉਣ ਕੂੰ ਜਾਂਦੇ ਹਨ ਬੱਚੇ ਆ ਉਹ ਤਾਂ ਜਾਂਦੀਆਂ ਨਦੀ ਨਹਾਉਣ ਚੱਲੀਆਂ ਚਲੋ ਜੀ ਇੱਕ ਵਾਰੀ ਹੈਲੋ ਬਾਈ ਛੋਟੇ ਬੜਾ ਚੰਗਾ ਲੱਗਾ ਬਾਈ ਸਾਨੂੰ ਇੱਥੇ ਆ ਕੇ ਹੈਲੋ ਕਿੱਦਾਂ ਬਾਏ ਬਾਏ ਚੰਗਾ ਫਿਰ ਮਿਲਾਂਗੇ ਹੈ ਸਤਿ ਸ਼੍ਰੀ ਅਕਾਲ ਅਗਲੇ ਸਾਲ ਪੁੱਤ ਸਤਿ ਸ਼੍ਰੀ ਅਕਾਲ ਹੈ